ਜਦੋਂ ਸਾਧ ਸੰਗਤ ਜੀ ਸਰਕਾਰ ਨੇ ਹਮਲਾ ਕਰਨਾ ਸੀ 31 ਮਈ ਨੂੰ ਮਹਾਂਪੁਰਖਾਂ ਨੇ ਸਾਰੇ ਸਿੰਘ ਬੁਲਾ ਲਏ ਕੋਲੇ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਸਾਰਿਆਂ ਨੂੰ ਬੁਲਾ ਕੇ ਕੇਸਰੀ ਰੰਗ ਦੇ ਸਿਰੋਪਾਓ ਮੰਗਾਏ ਹੋਏ ਸਨ ਕੋਲੇ ਇਕੱਲੇ ਇਕੱਲੇ ਸਿੰਘ ਨੂੰ ਸਿਰੋਪਾਓ ਦਿੱਤਾ ਪਹਿਲੀ ਵਾਰ ਆਪਣੇ ਹੱਥੀਂ ਫਿਰ ਸਾਰੇ ਸਿੰਘਾਂ ਦੇ ਕੋਲੇ ਬੈਠਿਆਂ ਗਲ ਵਿੱਚ ਪੱਲਾ ਪਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਬੇਨਤੀ ਕੀਤੀ ਸਿੰਘੋ ਤੁਹਾਡੇ ਵਿੱਚੋਂ ਇਹੋ ਜਿਹੇ ਸਰੀਰ ਹੈ ਜਿਹੜੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਜਥੇ ਵਿੱਚ ਰਹਿ ਰਹੇ ਹੈ ਜਿਵੇਂ ਸਨਮਾਨਯੋਗ ਬਾਬਾ ਠਾਰਾ ਸਿੰਘ ਜੀ ਸ਼ਹੀਦ ਭਾਈ ਹਰਚਰਨ ਸਿੰਘ ਜੀ ਮੁਕਤਾ ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਪੁੱਤਰ ਪੁਰਾਣੇ ਸਿੰਘ ਵੀ ਜਥੇ ਦੇ ਵਿੱਚ ਸਨ ਮਹਾਂਪੁਰਖ ਕਹਿਣ ਲੱਗੇ ਕੁਝ ਸਿੰਘ ਤੁਸੀਂ ਪੁਰਾਣੇ ਬਜ਼ੁਰਗ ਵੱਡੇ ਸੰਤਾਂ ਤੋਂ ਲੈ ਕੇ ਮੇਰੇ ਨਾਲ ਕੁਝ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਮੇਂ ਦੇ ਭਾਈ ਦਲਵੀਰ ਸਿੰਘ ਜੀ ਵਿਆਸੀ ਜਥੇਦਾਰ ਰਾਮ ਸਿੰਘ ਜੀ ਸੁਲਤਾਨਪੁਰੀ ਭਾਈ ਗੁਰਮੁਖ ਸਿੰਘ ਜੀ ਗੜਬਈ ਇਹ ਤਾਂ ਵੱਡੇ ਸੰਤਾਂ ਤੋਂ ਹੀ ਸਨ ਛੋਟੀ ਉਮਰ ਦੇ ਆਏ ਹੋਏ ਸੋ ਇਹ ਸਾਰੇ ਸਿੰਘ ਤੁਸੀਂ ਉਹਨਾਂ ਸੰਤਾਂ ਤੋਂ ਕੁਝ ਸਿੰਘ ਤੁਸੀਂ ਮੇਰੇ ਸਮੇਂ ਤੋਂ ਆਏ ਹੋ ਤੁਸੀਂ ਬੜੀ ਸ਼ਰਧਾ ਨਾਲ ਬੜੀ ਭਾਵਨਾ ਨਾਲ ਬੜੀ ਦ੍ਰਿੜਤਾ ਨਾਲ ਜਥੇਬੰਦੀ ਦੀ ਸੇਵਾ ਕੀਤੀ ਮੈਂ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਆਪਣੇ ਜੀਵਨ ਵਿੱਚ ਅੱਜ ਤੁਹਾਨੂੰ ਅਖੀਰਲੀ ਵਾਰੀ ਆਪਣੇ ਪਾਸ ਬੁਲਾਇਆ ਮੇਰੇ ਜੀਵਨ ਵਿੱਚ ਤੁਹਾਡੇ ਕੋਲੋਂ ਤੁਹਾਡੀ ਸੇਵਾ ਕਰਦਿਆਂ ਕੋਈ ਊਣਤਾਈ ਰਹਿ ਗਈ ਕਿਸੇ ਦੇ ਸਨਮਾਨ ਵਿੱਚ ਕੋਈ ਵੱਧ ਘੱਟ ਕਦੇ ਸ਼ਬਦ ਕਿਹਾ ਹੋਵੇ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਖਿਮਾ ਮੰਗਦਾ ਔਰ ਅਗਲੀ ਬੇਨਤੀ ਹੈ ਸਮੇਂ ਦੀ ਹਕੂਮਤ ਫੌਜਾਂ ਚੜ੍ਹ ਕੇ ਆ ਗਈਆਂ ਘੇਰਾ ਪੈ ਗਿਆ ਹਰਿਮੰਦਰ ਸਾਹਿਬ ਨੂੰ ਪਰ ਅਜੇ ਕਰਫਿਊ ਨਹੀਂ ਲੱਗਾ ਇਸ ਕਰਕੇ ਕਰਫਿਊ ਲੱਗ ਜਾਣਾ ਕੱਲ੍ਹ ਤੱਕ ਜਿਹੜੇ ਸਿੰਘ ਆਪਣੀ ਇੱਛਾ ਨਾਲ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਬੜੇ ਆਰਾਮ ਨਾਲ ਮੈਂ ਤੁਹਾਨੂੰ ਜੋਰਾ ਜਬਰੀ ਰੱਖ ਕੇ ਇੱਥੇ ਮਰਾਉਣਾ ਨਹੀਂ ਚਾਹੁੰਦਾ ਸ਼ਹੀਦ ਨਹੀਂ ਕਰਾਉਣਾ ਚਾਹੁੰਦਾ ਇਸ ਕਰਕੇ ਜਿਹੜੇ ਸਿੰਘ ਜਾ ਸਕਦੇ ਆ ਉਹਨਾਂ ਨੂੰ ਮੇਰੇ ਵੱਲੋਂ ਦਿਲੋਂ ਉਹਨਾਂ ਨੂੰ ਮੈਂ ਪ੍ਰਸੰਨਤਾ ਦੇ ਨਾਲ ਆਪਣੇ ਵੱਲੋਂ ਇਹ ਆਗਿਆ ਦਿੰਦਾ ਜੇ ਕੋਈ ਜਾਣਾ ਚਾਹੁੰਦਾ ਤੁਸੀਂ ਜਾ ਸਕਦੇ ਹੋ ਅਤੇ ਜਿਨ੍ਹਾਂ ਨੇ ਰਹਿਣਾ ਉਹ ਆਪਣੀ ਇੱਛਾ ਨਾਲ ਕਿ ਧਰਮ ਦੀ ਖਾਤਰ ਕੁਰਬਾਨੀ ਦੇਣੀ ਹੈ ਧੰਨ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸ਼ਹੀਦੀਆਂ ਦੇਣੀਆਂ ਭਾਈ ਉਹਨਾਂ ਦਾ ਮੈਂ ਦਿਲੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਕਿ ਤੁਹਾਡਾ ਦੋਨੋਂ ਜਹਾਨੀ ਮੁੱਖ ਉਜਲਾ ਹੋਏਗਾ ਐਸੀ ਪਵਿੱਤਰ ਜਗ੍ਹਾ ਕਿਤੇ ਨਹੀਂ ਸੰਸਾਰ ਵਿੱਚ ਮਿਲਣੀ ਜਿਹੋ ਜੀ ਅੰਮ੍ਰਿਤ ਰੂਪ ਧਰਤੀ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਆਪਾਂ ਨੂੰ ਸ਼ਹੀਦੀਆਂ ਦੇਣ ਦਾ ਸਮਾਂ ਮਿਲ ਰਿਹਾ ਸਾਧ ਸੰਗਤ ਜੀ ਇੱਕ ਵੀ ਸਿੰਘ ਨੇ ਇਹ ਵਚਨ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਛੱਡ ਕੇ ਜਾਣ ਵਾਸਤੇ ਤਿਆਰ ਹਾਂ ਇਹ ਹੈ ਕੁਰਬਾਨੀ ਇਹ ਹੈ ਸੂਰਮਤਾਈ ਇਹ ਹੈ ਬਹਾਦਰੀ ਇਹ ਹੈ ਸ਼ੂਰਬੀਰਤਾ ਪਰ ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਇਹ ਵਚਨ ਜ਼ਰੂਰ ਕੀਤੇ ਸਨ ਸੋ ਸਾਧ ਸੰਗਤ ਜੀ ਠੀਕ ਹੈ ਕੁਝ ਸਿੰਘ ਮਗਰੋਂ ਫੜੇ ਗਏ ਕੁਝ ਚਲੇ ਗਏ ਕਿਸੇ ਤਰ੍ਹਾਂ ਬਚ ਬਚਾ ਕੇ ਪਰ ਬਹੁਤ ਸਿੰਘ ਵਿਚਾਰੇ ਜੋਧਪੁਰ ਦੀਆਂ ਜੇਲ੍ਹਾਂ ਵਿੱਚ 5-5 ਸਾਲ ਕੈਦ ਰਹੇ ਜੰਗ ਯੁੱਧ ਦੇ ਵਿੱਚ ਐਸਾ ਕੁਝ ਵਾਪਰਦਾ ਹੀ ਹੈ ਬਹੁਤ ਸਿੰਘ
ਸ਼ਹੀਦ ਵੀ ਹੋ ਜਾਂਦੇ ਆ, ਕੁਝ ਨੂੰ ਪਰਮੇਸ਼ਰ ਬਚਾ ਕੇ ਰੱਖ ਵੀ ਲੈਂਦਾ, ਕਈਆਂ ਨੂੰ ਸਮੇਂ ਦੀਆਂ ਹਕੂਮਤਾਂ ਦੀਆਂ ਨਜ਼ਰਬੰਦੀਆਂ ਦੀ ਕੈਦ ਵੀ ਕੱਟਣੀ ਪੈਂਦੀ ਹੈ। ਧੰਨ ਬਾਬਾ ਵੀਰ ਸਿੰਘ ਜੀ, ਨੌਰੰਗਾਬਾਦ ਵਾਲੇ ਸ਼ਹੀਦ ਕਰ ਦਿੱਤੇ ਗਏ। ਬਾਅਦ ਵਿੱਚ ਬਾਬਾ ਮਹਾਰਾਜ ਸਿੰਘ ਜੀ ਨੇ ਹਿੰਦੁਸਤਾਨ ਨੂੰ ਗੁਲਾਮੀ ਦੇ ਵਿੱਚੋਂ ਆਜ਼ਾਦ ਕਰਾਉਣ ਲਈ ਬੜਾ ਵੱਡਾ ਆਜ਼ਾਦੀ ਦਾ ਬਿਗਲ ਵਜਾਇਆ। ਸਭ ਤੋਂ ਪਹਿਲਾਂ ਉਹਨਾਂ ਮਹਾਂਪੁਰਖਾਂ ਨੇ ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਅੰਗਰੇਜ਼ ਸਾਮਰਾਜ ਦੇ ਖਿਲਾਫ ਜੇ ਆਵਾਜ਼ ਬੁਲੰਦ ਕੀਤੀ, ਜੇ ਕੋਈ ਲੜਾਈ ਲੜੀ ਜ਼ਾਲਮ ਫੌਜਾਂ ਦੇ ਜਾਂ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ, ਉਹ ਧੰਨ ਬਾਬਾ ਮਹਾਰਾਜ ਸਿੰਘ ਸਾਹਿਬ ਜੀ ਨੂੰ ਇਹ ਸਿਹਰਾ ਜਾਂਦਾ ਆਜ਼ਾਦੀ ਦੇ ਪ੍ਰਵਾਨਿਆਂ ਦੇ ਵਿੱਚੋਂ ਸਭ ਤੋਂ ਪਹਿਲੇ ਉਹ ਮਹਾਂਪੁਰਖ ਸਨ ਜਿਹੜੇ ਸਭ ਤੋਂ ਪਹਿਲਾਂ ਉੱਠੇ ਹੈ ਅੰਗਰੇਜ਼ ਸਾਮਰਾਜ ਦੇ ਖਿਲਾਫ। ਫਿਰ ਉਹ ਫੜੇ ਵੀ ਗਏ, ਇਹ ਨਹੀਂ ਮੰਨੀ, ਸਿੰਘਾਪੁਰ ਦੀ ਕੈਦ ਵਿੱਚ ਸ਼ਹੀਦੀ ਦੇ ਦਿੱਤੀ, ਪਰ ਸਮੇਂ ਦੀ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ। ਔਰ ਉਸ ਤੋਂ ਬਾਅਦ ਬਾਬਾ ਖੁਦਾਸ ਸਿੰਘ ਜੀ ਨੂੰ ਕਈ ਸਾਲ ਦੀ ਨਜ਼ਰਬੰਦੀ ਵਿੱਚ ਰੱਖਿਆ, ਉਹਨਾਂ ਨੇ ਵੀ ਇੰਨੀ ਮੰਨੀ। ਸੋ ਇਹ ਗੱਲ ਵੱਖਰੀ ਹੁੰਦੀ ਹੈ, ਪਰ ਜਿਹੜੇ ਸ਼ਹੀਦ ਹੋ ਗਏ ਸਾਧ ਸੰਗਤ ਜੀ, ਉਹ ਧੰਨਤਾ ਦੇ ਯੋਗ ਹਨ, ਉਹ ਪੂਜਨ ਯੋਗ ਹਨ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਸਵਾਮੀ ਕਾਰਜ ਹਿੱਤ ਦੇ ਪ੍ਰਾਣ ਆਪਣੇ ਮਾਲਕ ਦੇ ਵਾਸਤੇ ਪ੍ਰਾਣ ਦੇ ਦੇਣੇ, ਜਿਹੜਾ ਦੇ ਦਿੰਦਾ ਸ਼ਹੀਦੀ ਦੇ ਦਿੰਦਾ, ਆਪਣੇ ਮਾਲਕ ਸਤਿਗੁਰੂ ਹੈ, ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮਾਲਕ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ। ਉਹਨਾਂ ਨੇ ਆਪਣੇ ਮਾਲਕ ਲਈ ਪ੍ਰਾਣ ਦਿੱਤੇ ਹੈ ਕਿ ਜਿਸ ਗੁਰੂ ਦੇ ਸਿੱਖ ਹੈ, ਜੇ ਉਸ ਗੁਰੂ ਦੀ ਸ਼ਾਨ ਦੇ ਖਿਲਾਫ ਕੋਈ ਵੈਰੀ ਚੜ੍ਹ ਕੇ ਹਮਲਾ ਕਰਨ ਆ ਰਿਹਾ, ਜਿੰਨਾ ਬਲ ਸੀ ਤਾਣ ਲਾ ਕੇ ਸ਼ਹੀਦੀਆਂ ਦੇ ਦਿੱਤੀਆਂ, ਪ੍ਰਾਣ ਦੇ ਦਿੱਤੇ, ਪਰ ਗੁਰੂ ਦੀ ਆਨ ਸ਼ਾਨ ਨੂੰ ਉੱਚਿਆਂ ਰੱਖਣ ਲਈ ਆਪਣਾ ਪਵਿੱਤਰ ਖੂਨ ਡੋਲ ਦਿੱਤਾ, ਜਿਉਂਦੇ ਜੀ ਆਂਚ ਨਹੀਂ ਆਉਣ ਦਿੱਤੀ ਸਾਧ ਸੰਗਤ ਜੀ। ਇਸ ਕਰਕੇ ਆਪਣੇ ਸਵਾਮੀ, ਆਪਣੇ ਸਤਿਗੁਰਾਂ ਲਈ, ਆਪਣੇ ਪਰਮੇਸ਼ੁਰ ਵਾਹਿਗੁਰੂ ਲਈ ਸਾਧ ਸੰਗਤ ਜੀ ਪ੍ਰਾਣ ਦੇ ਦੇਣੇ। ਔਰ ਦੋਨਾਂ ਲੋਕਾਂ ਵਿੱਚ ਉਹਨਾਂ ਦਾ ਮਹਾਨ ਜਸ, ਇੱਥੇ ਵੀ ਢਾਡੀ ਸੂਰਮੇ ਵਾਰਾਂ ਗਾਉਂਦੇ ਹੈ, ਅੱਗੇ ਪਰਮੇਸ਼ੁਰ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਥਾਂ ਪ੍ਰਾਪਤ ਹੁੰਦਾ, ਦੋਨੋਂ ਲੋਕਾਂ ਵਿੱਚ ਉਹਨਾਂ ਦਾ ਜਸ ਗਾਇਆ ਜਾਂਦਾ ਹੈ।